ਰੈਡੀ ਤਾਨਪੁਰਾ ਸ਼ਾਸਤਰੀ ਸੰਗੀਤ ਵਿੱਚ ਬਹੁਤ ਪੁਰਾਤਨ ਅਤੇ ਮਹੱਤਮਪੂਰਨ ਸਾਜ਼ ਹੈ ਡੰਡੀ ਪ੍ਰਾਚੀਨ ਗ੍ਰੰਥਾਂ ਵਿੱਚ ਤੁੰਬੀ ਤੁੰਬੀ ਵੀਣਾ ਤੁੰਬੂਰਾ ਆਦ ਨਾਵਾਂ ਦਾ ਉਲੇਖ ਮਿਲਦਾ ਹੈ ਡੰਡੀ ਤਾਨਪੁਰਾ ਪ੍ਰਾਚੀਨ ਕਾਲ ਤੋਂ ਹੀ ਸੰਗੀਤ ਵਿੱਚ ਪ੍ਰਚਲਿਤ ਰਿਹਾ ਹੈ ਡੰਡੀ ਇਸ ਦੀ ਉਤਪਤੀ ਸੰਬੰਧੀ ਕੁਝ ਵੀ ਸਪਸ਼ਟ ਨਹੀਂ ਕਿਹਾ ਜਾ ਸਕਦਾ ਡੰਡੀ ਆਦ ਕਾਲ ਵਿੱਚ ਕੋਸ਼ਾ ਬ੍ਰह्म ਬੀਨਾ ਇਕ ਤੰਤਰੀ ਬੀਨਾ ਤਾਨਪੁਰਾ ਦੇ ਹੀ ਨਾ ਸੰ ਡੰਡੀ ਵਿਦਵਾਨਾਂ ਅਨੁਸਾਰ ਤੰਬੂਰ ਨਾਮਕ ਗੰਦਰਵ ਦੀ ਬੀਨਾ ਦਾ ਵਿਕਸਤ ਰੂਪ ਤਾਨਪੁਰਾ ਹੈ ਜੋ ਕਿ ਤੰਬੂਰ ਗੰਦਰਵ ਦੇ ਨਾਂ ਤੋਂ ਹੀ ਇਸ ਦਾ ਨਾਮਕਰਨ ਹੋਇਆ ਅਜਿਹਾ ਮੰਦੇ ਹਨ ਡੰਡੀ ਸੰਗੀਤ ਪਾਰਾ ਜਾਤ ਗ੍ਰੰਥ 17ਵੀਂ ਸਦੀ ਵਿੱਚ ਤਾਨਪੁਰੇ ਦਾ ਉਲੇਖ ਮਿਲਦਾ ਹੈ ਡੰਡੀ ਇਸ ਤੋਂ ਇਲਾਵਾ ਅਕਬਰ ਕਾਲ ਵਿੱਚ ਵੀ ਧਰੂਪਦ ਗਾਇਨ ਲਈ ਤਾਨਪੁਰੇ ਦਾ ਪ੍ਰਯੋਗ ਹੁੰਦਾ ਸੀ ਡੰਡੀ ਭਾਈ ਕਾਨ ਸਿੰਘ ਨਾਭਾ ਦੇ ਮਹਾਨ ਕੋਸ਼ ਗ੍ਰੰਥ ਅਨੁਸਾਰ ਤੰਬੂਰ ਗੰਦਰਵ ਦੀ ਰਚੀ ਹੋਈ ਬੀਨਾ ਹੈ ਜਿਸ ਦੇ ਚਾਰ ਤਾਰ ਹੁੰਦੇ ਹਨ ਤੂੰਬੇ ਨੂੰ ਡੰਡੀ ਲਗਾ ਕੇ ਇਹ ਸਾਜ ਮੰਨਦਾ ਹੈ ਡੰਡੀ ਸਿੱਖ ਇਤਿਹਾਸ ਦੇ ਮਹਾਨ ਕਵੀ ਭਾਈ ਸੰਤੋਖ ਸਿੰਘ ਆਪਣੇ ਗ੍ਰੰਥ ਗੁਰੂ ਪ੍ਰਤਾਪ ਸੂਰਜ ਪ੍ਰਕਾਸ਼ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਵੱਖ-ਵੱਖ ਸਾਜ਼ਾਂ ਦੇ ਪ੍ਰਯੋਗ ਬਾਬਤ ਲਿਖਦੇ ਹਨ ਇਤਿਹਾਸਿਕ ਹਵਾਲਿਆਂ ਤੋਂ ਪਤਾ ਲੱਗਦਾ ਹੈ ਕਿ ਗੁਰਬਾਣੀ ਕੀਰਤਨ ਲਈ ਤਾਨਪੁਰੇ ਦਾ ਪ੍ਰਯੋਗ ਹੁੰਦਾ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਆਪ ਤਾਨਪੁਰੇ ਨਾਲ ਕੀਰਤਨ ਕਰਦੇ ਸਨ ਡੰਡੀ ਅਜੋਕੇ ਸਮੇਂ ਵਿੱਚ ਵੀ ਗੁਰਮਤ ਸੰਗੀਤ ਦੇ ਵਿਦਵਾਨ ਇਰਾਦੀ ਕੀਰਤ ਅਤੇ ਕੀਰਤਨਕਾਰ ਤਾਨਪੁਰੇ ਨੂੰ ਗਾਉਣ ਲਈ ਵਰਤਦੇ ਹਨ ਜਿੰਨਾ ਵਿੱਚ ਭਾਈ ਮਨਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਡਾਕਟਰ ਗੁਰਿੰਦਰ ਸਿੰਘ ਬਟਾਲਾ ਆਦ ਵਿਸ਼ੇਸ਼ ਹਨ ਡੰਡੀ ਸਵਰਗੀਏ ਪਦਮ ਸ਼੍ਰੀ ਪ੍ਰੋਫੈਸਰ ਕਰਤਾਰ ਸਿੰਘ ਸਾਰਾ ਜੀਵਨ ਤਾਨਪੁਰੇ ਨਾਲ ਕੀਰਤਨ ਕਰਦੇ ਰਹੇ ਡੰਡੀ ਸਿਤਾਰ ਬੀਨਾ ਦੀ ਬਨਾਵਟ ਤਾਨਪੁਰੇ ਵਰਗੀ ਹੀ ਹੁੰਦੀ ਹੈ ਪਰੰਤੂ ਡਾਂਡ ਉੱਤੇ ਪਰਦੇ ਬੰਨੇ ਹੁੰਦੇ ਹਨ ਡੰਡੀ ਤਾਨਪੁਰੇ ਦੇ ਦੋ ਹਿੱਸੇ ਹੁੰਦੇ ਹਨ ਲਾ ਹਿੱਸਾ ਤੁੰਬਾ ਅਤੇ ਦੂਜਾ ਡਾਂਡ ਹੁੰਦਾ ਹੈ ਡੰਡੀ ਤੁੰਬਾ ਕਦੂ ਵਰਗਾ ਇੱਕ ਵਿਸ਼ੇਸ਼ ਫਲ ਹੁੰਦਾ ਹੈ ਜੋ ਮਹਾਰਾਸ਼ਟਰ ਅਤੇ ਪੰਡਰਪੁਰ ਵਿੱਚ ਮਿਲਦਾ ਹੈ ਡੰਡੀ ਇਸ ਨੂੰ ਲੱਕੜੀ ਵਿੱਚ ਖੋਲ ਕਰਕੇ ਵੀ ਬਣਾਇਆ ਜਾਂਦਾ ਹੈ ਡੰਡੀ ਇਸ ਦਾ ਤੁੰਬਾ ਜਿੰਨਾ ਵੱਡਾ ਅਤੇ ਅੰਦਰੋਂ ਖੋਖਲਾ ਹੁੰਦਾ ਹੈ ਉਨੀ ਹੀ ਆਵਾਜ਼ ਵਧੀਆ ਨਿਕਲਦੀ ਹੈ ਡੰਡੀ ਇਸ ਦਾ ਦੂਸਰਾ ਡਾਂਡ ਜੋ ਲੱਕੜੀ ਦਾ ਹੁੰਦਾ ਹੈ ਜਿਸ ਉੱਤੇ ਚਾਰ ਖੁੰਟੀਆਂ ਨਾਲ ਚਾਰ ਤਾਰਾਂ ਕਸੀਆਂ ਹੁੰਦੀਆਂ ਹਨ ਪਰੰਤੂ ਕੁਝ ਵਿੱਚ 5 ਜਾਂ 6 ਤਾਰ ਵੀ ਹੁੰਦੇ ਹਨ ਡੰਡੀ ਇਸ ਦੀ ਪਹਿਲੀ ਤਾਰ ਪਿੱਤਲ ਦੀ ਜਿਸ ਨੂੰ ਪੰਚਮ ਸੁਰ ਉੱਤੇ ਸਵਾਰਾ ਕੀਤਾ ਜਾਂਦਾ ਹੈ ਜਿੰਨਾ ਰਾਗਾ ਵਿੱਚ ਪੰਚਮ ਨਹੀਂ ਲੱਗਦਾ ਉਹਨਾਂ ਵਿੱਚ ਮਾਧ్యం ਜਾਂ નિਸ਼ਾਦ ਉੱਤੇ ਸੁਰ ਕਰ ਲਿਆ ਜਾਂਦਾ ਹੈ ਡੰਡੀ ਦੂਸਰਾ ਅਤੇ ਤੀਸਰਾ ਤਾਰ ਲੋਹੇ ਦਾ ਜਿਸ ਨੂੰ ਜੋੜੇ ਦੇ ਤਾਰ ਕਹਿੰਦੇ ਹਨ ਨੂੰ ਸਸਾ ਉੱਤੇ ਸੁਰ ਕੀਤਾ ਜਾਂਦਾ ਹੈ ਅਤੇ ਚੌਥਾ ਤਾਰ ਮੰਦਰ ਸਬਤਕ ਦੇ ਸੜਜ ਉੱਤੇ ਸੁਰ ਕੀਤਾ ਜਾਂਦਾ ਹੈ ਡੰਡੀ